ਨਾਲ ਦੀ ਕਿ ਬੇਬੇ ਤੁਸੀਂ ਕੀ ਕਰਨ ਆਏ ਹੋ ਇੱਥੇ ਤਾਂ ਬੇਬੇ ਦਾ ਜਵਾਬ ਹੈ ਵੀ ਤੈਨੂੰ ਕਾਨੂੰਨ ਰੱਦ ਕਰਾਉਣ ਦੀ ਖਾਤਰ ਆਏ ਉਹ ਕਾਨੂੰਨ ਕੀ ਕਰ ਦੇਣਗੇ ਬੇਬੇ ਤੁਹਾਡਾ ਤਾਂ ਬੇਬੇ ਦਾ ਜਵਾਬ ਸੀ ਵੀ ਸਾਡੇ ਬੱਚਿਆਂ ਦੀ ਰੋਟੀ ਖਵਾਉਣ ਵਾਲੇ ਕਾਨੂੰਨ ਨੇ ਉਹ ਤੇ ਸਾਡਾ ਮੋਦੀ ਸਾਹਿਬ ਜਵਾਬ ਦਿੰਦਾ ਹੈ ਕਿ ਇਨ ਕਾਨੂੰਨੋਂ ਮੇਂ ਕੋਈ ਐਸੀ ਲਾਈਨ ਹੀ ਨਹੀਂ ਹੈ ਜਿਸਮੇਂ ਆਪਕੀ ਜ਼ਮੀਨ ਚਲੀ ਜਾਏਗੀ ਦੁਕਾਨ ਸੇ ਸੌਦਾ ਲੈਣੇ ਸੇ ਦੁਕਾਨ ਵਿਕ ਨਹੀਂ ਜਾਤੀ ਅਗਰ ਕੋਈ ਕੰਟੈਕਟ ਫਾਰਮ ਸੇ ਕੋਈ ਜਿਲਸ ਖਰੀਦ ਲੇਤਾ ਹੈ ਤੋ ਜ਼ਮੀਨ ਨਹੀਂ ਵਿਕ ਜਾਤੀ ਕਿਆ ਬਾਤ ਹੈ ਕੀ ਗੱਲ ਕੀਤੀ ਹੈ ਮੋਦੀ ਸਾਹਿਬ ਨੇ ਸਾਨੂੰ ਨੀ ਤੇਰੀ ਚਲਾਕੀ ਸਮਝ ਆਈ ਓਏ ਤੂੰ ਇੱਕ ਮੰਡੀ ਦੇ ਬਰਾਬਰ ਇੱਕ ਹੋਰ ਮੰਡੀ ਖੋਲੀ ਹੈ ਕਦੋਂ ਮੰਗ ਕੀਤੀ ਹੈ ਬਾਈ ਤੇਰੇ ਕੋਲੋਂ ਅਸੀਂ ਕਦੋਂ ਕਿਹਾ ਕਿ ਸਾਡੇ ਗੋਦਾਮਾਂ ਦੇ ਵਿੱਚ ਅਨਾਜ ਸੁਰੱਖਿਅਤ ਨਹੀਂ ਹੈ ਤੂੰ ਸ਼ੀਲੋ ਵਰਗੇ ਗੋਦਾਮ ਅਡਾਨੀ ਨੂੰ ਦੇ ਦੇ ਅਸੀਂ ਮੰਗ ਕੀਤੀ ਹੈ ਅਸੀਂ ਕਦੋਂ ਕਿਹਾ ਤੈਨੂੰ ਕਿ ਸਾਡਾ ਸਰਦਾ ਨਹੀਂ ਸਾਨੂੰ ਕੰਟੈਕਟ ਫਾਰਮ ਦੀ ਲੋੜ ਹੈ ਤੂੰ ਬੁੱਧੂ ਬਣਾਉਣਾ ਕਿ ਮੈਂ ਇਹਦੇ ਚ ਕੋਈ ਲੈਣ ਨਹੀਂ ਇਹੀ ਜੀ ਪਾਈ ਜ਼ਮੀਨਾਂ ਵਿਕਦੀਆਂ ਕਿਵੇਂ ਹੁੰਦੀਆਂ ਨੇ ਅੱਜ ਪੰਜਾਬ ਦੇ ਵਿੱਚ 2 ਲੱਖ ਤੋਂ ਉੱਤੇ ਪਰਿਵਾਰ ਜ਼ਮੀਨਾਂ ਵੇਚ ਕੇ ਵਿਹਲਾ ਹੋਇਆ ਬੈਠਾ ਤੁਹਾਡੀਆਂ ਪਹਿਲੀਆਂ ਨੀਤੀਆਂ ਕਰਕੇ ਆਹ ਨੀਤੀਆਂ ਦੇ ਨਾਲ 86% ਕਿਸਾਨ ਜਿਹੜੇ 2 ਹੈਕਟੇਅਰ ਤੋਂ ਹੇਠਾਂ ਵਾਲੇ ਨੇ ਉਹਨਾਂ ਦੀਆਂ ਸਾਰੀਆਂ ਜ਼ਮੀਨਾਂ ਜਾਣਗੀਆਂ ਕਿਉਂਕਿ ਖੇਤੀ ਘਾਟੇ ਵਾਲਾ ਧੰਦਾ ਬਣ ਰਿਹਾ ਤੇ ਜਦੋਂ ਪੈਰਲਲ ਮਾਰਕੀਟ ਮੰਡੀ ਆ ਗਈ ਸਰਕਾਰੀ ਮੰਡੀ ਫੇਲ ਕਰ ਦੇਣੀ ਹੈ ਪੈਰਲਲ ਪਲੇਅਰ ਨੂੰ